ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ। ਸੋ ਪਹੁੰਚਿਆ ਜੀ ਅੱਜ ਪਿੰਡ ਆਲਮਾਲਾ। ਸੋ ਬਾਈ ਗੁਰਜੰਟ ਸਿੰਘ ਦੇ ਘਰ ਨਵਾਂ ਘਰ ਲੈ ਲਿਆ ਉਹਨਾਂ ਨੇ, ਨਵੀਂ ਥਾਂ ਕਬੂਤਰ ਰੱਖੇ ਹੈ। ਆਓ ਵਿਖਾਉਂਦੇ ਉਹਨਾਂ ਦਾ ਆਪਾਂ ਨਵਾਂ ਆਸ਼ੀਆਨਾ। ਸੋ ਲਓ ਜੀ ਬਾਈ ਨੇ ਨਵਾਂ ਘਰ ਲੈ ਲਿਆ ਜੀ। ਸੋ ਦੇਖੋ ਬਾਈ ਦਾ ਘਰ, ਬਸ ਵੀ ਬਸ 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 ਲਓ ਜੀ ਇੱਧਰ ਮਾਰਨਾ ਸਾਰੇ ਕਰਦੇ, ਵਿਖਾਓ ਜੀ ਬਾਈ ਨੇ ਨਵਾਂ ਘਰ ਲਿਆ। ਮੁਬਾਰਕਾਂ ਜੀ ਪਹਿਲਾਂ ਤਾਂ ਬਹੁਤ ਬਹੁਤ, ਨਵੇਂ ਘਰ ਦੀਆਂ ਵੀ, ਨਵੇਂ ਵਿਆਹ ਦੀਆਂ ਵੀ। ਬਾਈ ਦਾ ਵਿਆਹ ਹੋ ਗਿਆ ਜੀ। ਲਓ ਜੀ ਬਾਈ ਨੇ ਬਹੁਤ ਖੂਬਸੂਰਤ ਲੈ ਲਿਆ ਮਕਾਨ। ਬਾਈ ਦਾ ਟਰੈਕਟਰ ਚਲਾਇਆ ਨੀ ਬਾਈ ਨੇ, ਬੈਠਾ ਜ਼ਰੂਰ ਆ ਟਰੈਕਟਰ ਤੇ ਪਰ ਚਲਾਇਆ ਨੀ ਕਦੇ, ਹਨਾ। ਤੇ ਉੱਪਰ ਮੈਂ ਕਿਹਾ ਵੀ ਬਣਾਇਆ ਬਾਈ ਨੇ ਬਹਿਣ ਨੂੰ, ਕਹਿੰਦੇ ਬਹੁਤ ਵਧੀਆ ਜੁਗਾੜ। ਹਾਂਜੀ ਹਾਂਜੀ। ਤੇ ਬਾਈ ਇੱਥੋਂ ਹੀ ਚੜ੍ਹਦਾ ਫਿਰ ਪੌੜੀਆਂ? ਅੱਛਾ ਪੌੜੀਆਂ ਇੱਧਰ ਆਓ ਜੀ, ਆਪਾਂ ਚੱਲਦੇ ਹਾਂ ਅੱਜ ਉਹਨਾਂ ਪੌੜੀਆਂ ਰਾਹੀਂ ਬਾਈ ਕੋਲ, ਬਾਈ ਗੁਰਜੰਟ ਸਿੰਘ ਆਲਮਾਲਾ ਦੇ ਕੋਲ। ਕਹਿੰਦੇ ਵੀ ਇੱਥੇ ਕਬੂਤਰ ਰੱਖ ਲਿਆ ਬਾਈ ਨੇ, ਹੁਣ ਕਰਾਉਂਦੇ ਹਾਂ ਮੁਲਾਕਾਤ ਬਾਈ ਨਾਲ, ਗੁਰਜੰਟ ਸਿੰਘ ਆਲਮਾਲਾ। ਬੱਲੇ ਬੱਲੇ ਜੀ, ਕਿਆ ਬਾਤਾਂ ਜੀ ਬਾਈ ਦੇ ਤਾਂ, ਵਾਹ ਬਾਈ ਪੱਗ ਬੰਨੀ ਹੈ ਨਾ ਨੀਲੀ। ਬੱਲੇ ਬੱਲੇ ਜੀ ਬਾਈ, ਸਤਿ ਸ੍ਰੀ ਅਕਾਲ। ਲਓ ਜੀ ਬਾਈ ਪਹਿਲਾਂ ਤਾਂ ਵਧਾਈਆਂ ਨਵੇਂ ਘਰ ਦੀਆਂ, ਮਹਾਰਾਜ ਸਾਹਿਬ ਨੂੰ ਵਧਾਓ ਸੱਚੇ ਪਾਤਸ਼ਾਹ, ਤੇ ਦੂਜੀਆਂ ਪੋਤੇ ਦੇ ਵਿਆਹ ਦੀਆਂ ਵੀ ਦੁਬਾਰ ਤੋਂ ਫੇਰ ਵਧਾਈਆਂ, ਦੁਬਾਰੇ ਮਹਾਰਾਜ ਸਾਹਿਬ ਨੂੰ ਵਧਾਵੇ। ਤੇ ਬਹੁਤ ਸੋਹਣਾ ਲੱਗਿਆ ਹਨਾ ਬਾਈ ਨੇ, ਬੜੀ ਸੋਹਣੀ ਤਹਿ ਬਣ ਗਈ ਆ, ਜਿਵੇਂ ਆ ਬਾਈ ਹੋਈ ਦੀ ਹੁਣ ਉਮਰ ਹੋ ਗਈ ਆ, ਥੱਲੋਂ ਨਿਗਾਹ ਨਹੀਂ ਰਹਿੰਦੀ ਸੀ। ਤੇ ਉਹ ਵਾੜਾ ਜਿਹੜਾ ਸੀਗਾ ਯਾਦ ਤਾਂ ਆਇਆ ਕਰੂਗਾ, ਆਉਂਦਾ ਉੱਥੇ ਜਾ ਕੇ ਉਹਨਾਂ ਮਰ ਜਾਂਦਾ ਹੀ ਜਾਣੇ ਹੋ, ਹਾਂ ਉੱਥੇ ਮੋਰੇ ਦੇ ਕਬੂਤਰ। ਬੱਲੇ ਬੱਲੇ ਜੀ, ਤੇ ਬਹੁਤ ਬਹੁਤ ਮੁਬਾਰਕਾਂ ਜੀ, ਥੋੜੇ ਜਿਹੇ ਇੱਕ ਵਾਰੀ ਵਿਖਾ ਦਿਓ ਖੁੱਡੇ ਖਾਡੇ ਮੜੇ ਜੇ ਬਾਈ ਦੇ। ਬਸ ਆ ਜਾਓ ਤੇ ਬੱਲੇ ਬੱਲੇ ਜੀ, ਸਾਡੇ ਭਰਾ ਬਾਈ ਕਿਕਰਾ ਵਿਰਕਖੇੜੇ ਤੋਂ ਮੋਹਰਾ ਬਾਈ ਇਹ ਸਾਂਭਦਾ ਅੱਜ ਕੱਲ ਉੱਥੇ ਬਾਈ ਨੇ ਜਿਹੜਾ ਵਾੜਾ ਇੱਧਰ ਸੇਲ ਕਰਤਾ, ਨਵਾਂ ਘਰ ਇੱਥੇ ਲੈ ਲਿਆ। ਤੇ ਬਾਈ ਦਾ ਕੀ ਨਾਂ? ਬੱਬੂ। ਬੱਬੂ ਕਬੂਤਰਾਂ ਦੇ ਸ਼ੌਂਕੀ ਹੋ ਤੁਸੀਂ? ਉਹ ਬੱਲੇ ਬੱਲੇ ਜੀ, ਉਹ ਬੱਲੇ ਬੱਲੇ ਜੀ, ਬੱਲੇ ਬੱਲੇ, ਬਹੁਤ ਵਧੀਆ ਜੀ। ਤੇ ਆਓ ਕਰਦੇ ਹਾਂ ਕੁਛ ਬਾਈ ਨਾਲ ਗੱਲਬਾਤ, ਬੈਠੋ ਕਿਰਾ। ਆ ਫਿਰ ਯਾਦਾਂ ਨਾਲ ਆ ਗਈਆਂ ਜੀ ਸਾਰੀਆਂ, ਉੱਥੋਂ ਚੱਕ ਲਿਆਂਦੀਆਂ ਹੈ। ਚਲੋ ਇੱਥੇ ਨੇੜੇ ਵਧੀਆ ਹੁਣ, ਹਨਾ। ਲੋ ਜੀ ਕੁਛ ਬਾਈ ਵਿਖਾਉਂਦੇ ਅੰਦਰ, ਬਾਈ ਦਾ ਦਿਖਾਉਂਦੇ ਤੁਹਾਨੂੰ ਚਬਾਰਾ। ਹਾਂਜੀ ਹਾਂਜੀ, ਇੱਥੋਂ ਮਤਲਬ ਮੈਂ ਤਾਂ ਇੱਥੇ ਪੈ ਨੂੰ ਪੁੱਤਰ ਹੁੰਦੇ ਸੀ, ਜਾ ਕੇ ਸਿੱਖਿਆ ਵੀਰ ਵੀ ਬੈਠੀ ਜਾਂਦੇ, ਜਿਹੜਾ ਮੈਂ ਫਲਾਨਾ ਪਾੜਦੇ ਆ ਜੀ, ਮੈਂ ਇੱਥੋਂ ਪੱਖਾ ਛੱਡਿਆ ਹੁੰਦਾ ਮੌਜ ਨਾਲ ਵੇਖੀ ਜਾਈ। ਹਾਂ ਬਾਈ ਜੰਨਤ ਹੀ ਮਿਲ ਗਈ ਤੁਹਾਨੂੰ। ਹਾਂ ਤੇ ਪਰਚਾਵਾ ਆ ਜਾਂਦਾ ਜੀ, ਉੱਧਰ ਉੱਧਰ ਪੈ ਵੇਖੀ ਜਾਈ ਦੇ ਉੱਤੇ ਫਿਰਦੇ। ਜੀ ਜੀ ਜੀ, ਲਓ ਜੀ ਬਾਈ ਦਾ ਪਹਿਲਾ ਨਾਮ ਵੱਲੋਂ ਚੰਨਾ ਬਾਬਾ ਖੁੱਡੀਆਂ ਰਣਜੀਤਗੜ, 28/4/18 ਨੂੰ ਬਾਈ ਨੇ ਫਰਿੱਜ ਦਿੱਤੀ ਹੈ। ਕੁਛ ਬਾਈ ਦੇ ਨਾਮ ਦਿਖਾਉਣੇ ਆ, ਹਲੇ ਸੈਟਿੰਗ ਕੀਤੀ ਨੀ ਬਾਈ ਨੇ, ਕਿਉਂਕਿ ਘਰੇ ਵਿਆਹ ਸੀ ਹਨਾ, ਵਿਆਹ ਚੋਲ ਸੀਗੇ। ਆ ਵਿਸ਼ੇਸ਼ ਸਨਮਾਨ ਬਾਈ ਨਿਰਮਲ ਸਿੰਘ ਦੀ ਯਾਦ ਚ ਹਨਾ, ਫਤਿਹ ਸਿੰਘ ਕਲੱਬ
ਤੇ ਆ ਨਾਮ ਦਿਖਾਓ ਜੀ ਬਾਈ ਦੇ ਜਿਹੜੇ ਦੂਜੇ ਨੰਬਰ ਤੇ ਆਪਣਾ ਸੀ ਰੌਲਾ ਪਾ ਕੇ ਮੈਨੂੰ ਕੱਲਾ ਹੀ ਰਹਿ ਗਿਆ ਸੀ ਚੁੱਕਿਆ ਸੀ ਉਹਨਾਂ ਨੇ ਬੜੇ ਧੱਕਾ ਕੀਤਾ ਜਵਾਬ ਚੜਿਆ ਧੱਕਾ ਕੀਤਾ ਆਪਦਾ 4 ਵਜੇ ਛੱਡ ਕੇ ਸਨਮਾਨਿਤ ਕੀਤਾ ਗਿਆ ਲਓ ਜੀ ਮਾਸਟਰ ਜੀ ਆ ਗਏ ਉਹ ਸਰਦਾਰ ਜਸਵੀਰ ਸਿੰਘ ਬਾਦਲ ਕੀਤਾ ਸੀਗਾ ਠੀਕ ਹੈ ਜੀ ਠੀਕ ਹੈ ਸਨਮਾਨਿਤ ਹਨਾ ਕਾਕਾ ਕਨੇਡਾ ਆ ਕਾਕਾ ਕਨੇਡਾ ਦਿਖਾਓ ਜੀ ਫੋਟੋ ਸਾਰੇ ਭਰਾਵਾਂ ਦੀ ਹਨਾ ਜਿੰਨੇ ਕੋਈ ਇੱਥੇ ਸ਼ੀਟਾਂ ਲੱਗੀਆਂ ਕੋਈ ਰਹਿ ਨਾ ਜਾਵੇ ਉਹ ਆਪਾਂ ਮਿੱਡੇ ਬਾਹਲੀ ਪੁਰਾਣੀ ਗੱਲ ਕੱਲਾ ਜਵਾਨ ਮੁੰਡਾ ਦੇ ਕੇ ਕੱਢਿਆ ਕਬੂਤਰੀ ਜੀ 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 ਕੱਲੀ ਰਹਿ ਗਈ ਸੀ ਮੈਰਿਜ ਸਵਰਾਜ ਗਏ ਉਹ ਫੋਨ ਫਾਨ ਜਿਹੜੇ ਹੁੰਦੇ ਸੀ ਠੀਕ ਹੈ ਤੇ ਇੱਕ ਬੜੀ ਹਾਸੋਹੀਨ ਗੱਲ ਹੋਈ ਸਾਡੇ ਨਾਲ ਆਉਂਦਿਆਂ ਨੂੰ ਬਾਈ ਮਿਲ ਗਿਆ ਹਾਂ ਤੇ ਆ ਜਾ ਬਾਈ ਕਹਿੰਦਾ ਵੀ ਮੇਰਾ ਵੀ ਛੋਟਾ ਭਰਾ ਹੈ ਸਰਦਾਰ ਮੰਦਰ ਸਿੰਘ ਸੇਖੋਂ ਮੇਰੇ ਮਾਮਾ ਜੀ ਸੀ ਗੁਜ਼ਰ ਗਏ ਹੁਣ ਉਹਨਾਂ ਨਾਲ ਸ਼ੁਰੂ ਚ ਕਬੂਤਰ ਉਡਾਉਂਦੇ ਸੀ ਤਾਂ ਮੈਂ ਬਾਈ ਨੂੰ ਜਦੋਂ ਮੈਨੂੰ ਰਿਸ਼ਤੇਦਾਰੀ ਦਾ ਨਹੀਂ ਪਤਾ ਸੀ ਮੈਂ ਉਹ ਦਾੜੀ ਜੀ ਵੇਖ ਕੇ ਮੈਂ ਕਿਹਾ ਵੀ ਮਾਮਾ ਯਾਦ ਆ ਤੁਹਾਡੇ ਮੈਂ ਕਿਹਾ ਵੀ ਮਾਮਾ ਮੈਨੂੰ ਕਹਿੰਦਾ ਮੈਂ ਤੇਰਾ ਮਾਮਾ ਕਿੱਥੋਂ ਲੱਗ ਗਿਆ ਮੈਂ ਕਿਹਾ ਫਿਰ ਮੈਨੂੰ ਤਾਂ ਪਤਾ ਨੀ ਹਨਾ ਮੈਨੂੰ ਕੀ ਪਤਾ ਸੀ ਵੀ ਮੈਂ ਕਿਹਾ ਮਾਮਾ ਹੀ ਹੋਊਗਾ ਜਿਹੜੀ ਆਇਆ ਦਾੜੀ ਦੂੜੀ ਹੈ ਕਹਿੰਦਾ ਮੈਂ ਤੇਰਾ ਭਰਾ ਲੱਗਦਾ ਫਿਰ ਮੈਨੂੰ ਪਤਾ ਲੱਗਿਆ ਵੀ ਮੇਰਾ ਤਾਂ ਇਹ ਭਰਾ ਉਹ ਵੱਡਾ ਤਾਂ ਮੈਂ ਬਾਈ ਕਹਿੰਦਾ ਬਾਈ ਨੂੰ ਹੈ ਤੇ ਕਰਦਿਆਂ ਹੋਰ ਆਪਾਂ ਗੱਲਾਂ ਬਾਤਾਂ ਹਨਾ ਬਾਈ ਨਾਲ ਕਬੂਤਰਾਂ ਦੀਆਂ ਜੀਵਨੀ ਤੇ ਕਬੂਤਰਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਉਹ ਬਾਹਰ ਬਹਿ ਕੇ ਕਰਦੇ ਆ ਹੁਣ ਤੁਹਾਨੂੰ ਸਾਰੇ ਨਾਮ ਦਿਖਾ ਲਓ ਜੀ ਹੁਣ ਆਪਾਂ ਤੁਹਾਨੂੰ ਬਾਈ ਦੇ ਕਬੂਤਰ ਦਿਖਾਉਣੇ ਆ ਕਾਲੂ ਹੋਰ ਵੀ ਗੁੱਡਾ ਵੇਖੀ ਆਪਾਂ ਬਾਈ ਦੇ ਕਬੂਤਰ ਬਾਈ ਦੇ ਕੁੰਡੀ ਕੁਛ ਠੀਕ ਹੋ ਗਏ ਪਰ ਕਬੂਤਰਾਂ ਨੂੰ ਕੁੰਡੀ ਪਈ ਖੜੀ ਆ ਬਾਈ ਦੇ ਆਹ ਕਬੂਤਰ ਸਹੀ ਆ ਬਾਈ ਕਬੂਤਰ ਸੀਗਾ ਰੌਲਾ ਪਾ ਕੇ ਕੀ ਆਪਣੇ ਰੌਲਾ ਕੀ ਪੈ ਗਿਆ ਕਿਹਦੇ ਕਿਹਦੇ ਕਬੂਤਰ ਰਹਿ ਗਏ ਸੀ ਐਂਡ ਕਬੂਤਰ ਰਹਿ ਗਏ ਤਿੰਨ ਚਾਰ ਰਹਿ ਗਏ ਸਾਡੇ ਤੇ ਮਾੜੀ ਦਾ ਬਹਿ ਗਿਆ ਤੇ ਅਸੀਂ ਅੱਖੇ ਵੰਡ ਲਏ ਦੂਜੇ ਉਹਨੇ 4 ਵਜੇ ਕਬੂਤਰ ਛੱਡਤਾ ਦੀਪਾ ਚੁੱਕਿਆ ਤਾ ਅੱਛਾ ਜੀ ਛੱਡਤਾ ਤੇ ਸਰਪੰਚ ਮਰ ਗਿਆ ਜਾਦੂ ਉਹਦੇ ਮੁੰਡੇ ਨੇ ਬਹੁਤ ਰੌਲਾ ਪਾਇਆ ਸਾਡੇ ਵਾਧੇ ਵਾਲੇ ਦਾ ਸਾਡਾ ਰਹਿ ਗਿਆ ਉਹਦਾ ਵਾਧੇ ਵਾਲਾ ਮੇਰਾ ਕਿਹਦਾ ਫਲਾਣੇ ਕਿ ਲੁਧਿਆਣੇ ਵਾਲਿਆਂ ਦਾ ਤੇ ਉਹ ਲੁਧਿਆਣੇ ਵਾਲਾ ਬੰਦਾ ਕਿਹੜਾ ਕਿ ਨਹੀਂ ਆ ਫਿਰ ਉਹ ਕਹ ਜਿਹਦੀ ਮਰਜ਼ੀ ਸੀ ਉਹਦੇ ਕੋਲ ਸਾਰਾ ਪੈਸੇ ਸੀ ਕੱਪ ਕੁੱਪ ਸੀ ਬਾਅਦ ਚ ਇੱਕ ਪਾਣੀ ਪੀ ਕੇ ਉੱਡਿਆ ਸੀ ਉਹ ਪਹਿਲੇ ਨੰਬਰ ਤੇ ਆਪਦਾ ਰੱਖ ਲਿਆ ਦੂਜੇ ਤੋਂ ਤੀਜੇ ਤੇ ਮੈਨੂੰ ਕਰਤਾ ਤੀਜੇ ਤੋਂ ਕਰਤਾ ਦੂਜਾ ਪਾਣੀ ਵਾਲੇ ਦਾ ਪਤਾ ਲੱਗ ਗਿਆ ਪਾਣੀ ਪੀ ਗਿਆ ਮੈਨੂੰ ਪਹਿਲਾਂ 15,000 ਦੇ ਦਾ ਕੱਪ ਮੈਨੂੰ ਦੂਜੇ ਨੰਬਰ ਵਾਲਾ ਫਿਰ ਮੈਨੂੰ ਹੀ ਦੇਤਾ 20,000 ਹੋਰ ਦੇਤਾ ਕੱਪ ਹੋਰ ਦੇਤਾ ਆਪ ਦੂਜੇ ਲੱਖ ਦੇ ਉੱਤੇ ਆਪ ਰੱਖ ਗਿਆ ਫਰਿਜ ਫਰੁਜ ਵੀ ਰੱਖ ਗਿਆ ਠੀਕ ਹੈ ਮੈਨੂੰ ਖੁਸ਼ ਜਿਹਾ ਕਰਤਾ 15-13 ਦੇਤਾ ਮਗਰ ਉਹ ਜਿਹੜਾ ਹਰਿਆ ਸੀ ਉਹਦੇ ਵਾਲਾ 20,000 ਮੈਨੂੰ ਤੇ ਇੱਕ ਕੱਪ ਹੋਰ ਦੇਤਾ ਐਂ ਜੇ ਕਰਕੇ ਅੱਖਾਂ ਜਿਹੀਆਂ ਪੂਰੀ ਪਈਆਂ ਸਾਡੀਆਂ ਵੀ ਚਲੋ ਹੋ ਜਾਂਦਾ ਆਪਣਾ ਲੜਾਈ ਕਬੂਤਰਾਂ ਨੇ ਮਾੜੀ ਹੈ ਹਾਂਜੀ ਹਾਂਜੀ
ਲਓ ਅਗਲਾ ਕੁੱਡਾ ਦਿਖਾਉਣੇ ਆ। ਇਹਦੇ ਤਾਂ ਬਾਈ ਸਹੀ ਆ, ਇਹਦੇ ਸਾਰੇ ਸਹੀ ਆ, ਉਧਰ ਉਧਰ ਉਹੀ ਰੱਖੇ ਆ। ਲਓ ਜੀ ਆਹ ਇਹ ਸਾਰੇ ਵਧੀਆ ਪੱਠੇ ਪੁੱਠੇ ਜੀ ਜੀ। ਇਹ ਫਿਰ ਪੁਰਾਣੇ ਕਬੂਤਰਾਂ ਚੋਂ ਆ ਜਾਂ ਨਵੇਂ ਲਿਆਂਦੇ ਬਾਈ ਕਬੂਤਰ? ਇਹ ਬਾਈ ਨਵੇਂ ਲਿਆਂਦੇ, ਮੈਂ ਬਾਈ ਮੂਹੀ ਤੋਂ ਲਿਆਂਦੇ, ਜਗੇ ਵਾਲੇ ਸਰਮੰਦਰ ਤੋਂ ਲਿਆਂਦੇ ਆ। ਦੋ ਬੰਦਿਆਂ ਤੋਂ ਲਿਆਂਦੇ ਕਬੂਤਰ, ਮੈਂ ਹੋਰ ਨੀ ਕਿਸੇ ਤੋਂ। ਇੱਕ ਬੰਦਾ ਮਹਿੰਗੇ ਮੇਰੇ ਨੇ ਮੱਲੂ ਮਾਲੀ ਜੋੜੀ ਗਿਫਟ ਕਰੀ ਸੀ। ਉਦੋਂ ਵੀ ਤੁਸੀਂ ਗੱਲ ਕਰਦੇ ਸੀ ਕਿ ਬਾਈ ਸਰਮੰਦਰ ਜਿਹੜਾ ਜਗੇ ਵਾਲਾ, ਉਹਨੇ ਕਿਹਾ ਸੀ ਵੀ ਪੰਜ ਕਬੂਤਰੀਆਂ ਤੁਹਾਨੂੰ ਹੋਰ ਦੇਣੀਆਂ, ਪੰਜ ਪੱਠੇ ਪੰਜ ਪੱਠੀਆਂ। ਹਾਂਜੀ 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 ਹਾਂਜੀ। ਲਓ ਜੀ ਆਹ ਸ਼ਾਇਦ ਉਹਨਾਂ ਕੋਲ ਜਾਵਾਂਗੇ ਅੱਜ। ਠੀਕ ਹੈ ਜੀ, ਬਾਈ ਨੇ ਛੱਡਣੇ ਆ ਜੀ ਆਹ ਜਿਹੜੇ ਬਾਜੀ ਐਤਕੀ ਸਰੀਰ ਪੂਰਾ ਬਾਈ ਫਿੱਟ ਪਿਆ, ਗੱਲ ਹੀ ਕੋਈ ਨੀ ਹਨਾ। ਬਾਕੀ ਆ ਹੈਗਾ ਬਾਈ ਕਿਕਰਾ ਵੇ ਮੁੱਛਾਂ ਨੂੰ ਦਿੱਤਾ ਤਾਂ ਜੋੜ ਗਾ ਸੀ ਉੱਡ ਗਈਆਂ ਕੱਲ ਕੁਛ ਵਿੱਚੋਂ ਕਿਤੇ ਨਿਕਲ ਗਏ ਬਾਈ। ਹਾਂ ਕਿਤੇ ਖੁੱਡਾ ਰਹਿ ਗਿਆ, ਭੁੱਲ ਗਿਆ ਕਾਹ ਚੀਜ਼ ਜਾਣਾ ਸੀ ਕਿਤੇ। ਠੀਕ ਆ ਜੀ, ਲਓ ਜੀ ਆ ਬੱਚੇ ਵੀ ਕੱਢੀ ਬੈਠੇ ਹਲੇ। ਹਾਂ ਆ ਬੱਚੇ ਕਬੂਤਰੇ ਕੁਦਰਤੀ ਰਹਿ ਗਿਆ ਕਿਤੇ ਖੁੱਡਾ। ਹਾਂ ਨੇੜੇ ਆ ਨਾ ਖੁੱਡਾ ਛੋਟਾ, ਇੱਥੇ ਆ ਕੋਈ, ਇੱਥੇ ਨੇੜੇ ਨੇੜੇ ਫੜੇ ਜਾਣਗੇ ਕੋ ਨਿੰਮ ਦੇ ਉਹ ਲੋ ਮਿੱਠਾ। ਠੀਕ ਆ ਠੀਕ ਆ ਬੱਚੇ ਕੱਢੀ ਬੈਠੇ ਕਬੂਤਰ ਪੁਰਾਣੇ ਦਾ ਨਹੀਂ ਰਹੇ ਬਾਈ ਕੋਲੇ ਲੁੱਡਣ ਤੇ ਜਿਹੜੇ ਹੋਰ ਨਸਲਾਂ ਹੁੰਦੀਆਂ ਸੀ, ਪਰ ਫਿਰ ਵੀ ਚਲੋ ਸ਼ੌਕ ਹੈ, ਸ਼ੌਕ ਛੱਡਿਆ ਨਹੀਂ ਜਾਂਦਾ। ਤੇ ਬੈਠੇ ਕਬੂਤਰ ਹਲੇ ਬਾਈ ਕੋਲੇ ਪੁਰਾਣੇ, ਫਿਰ ਬਾਈ ਕੋਈ ਕਬੂਤਰ ਨੀ ਰਿਹਾ, ਪੁਰਾਣੇ ਨੀ ਰਿਹਾ ਜੇ ਤਾਂ ਆਪਣੇ ਮੂਹੀ ਤੋਂ ਜਗੇ ਵਾਲੇ ਸੰਬੰਧ ਹੋ ਜਾਂਦੇ ਆ ਜੋੜ ਕੇ, ਇਹੀ ਆ ਹੁਣ ਦੋ ਬੰਦਿਆਂ ਤੋਂ ਆਪਾਂ ਮੇਨ ਆਪਣੇ ਬੰਦੇ। ਠੀਕ ਆ ਜੀ, ਹੁਣ ਜਗੇ ਵਾਲਾ ਫਿਰ ਆਖੀ ਜਾਂਦਾ ਵੀ ਫੇਰ ਲੈ ਜਾ, ਮੈਂ ਕਿਹਾ ਨਹੀਂ ਯਾਰ ਚੰਗੇ ਨੀ ਲੱਗਦੇ ਉਹ, ਨਹੀਂ ਲਿਜਾ ਫਿਰ ਮੈਂ ਤਾਂ ਚੱਲ ਵੇਖਾਂਗੇ ਨਾ। ਜੀ ਜੀ, ਸ਼ੌਂਕ ਬਹੁਤ ਆ ਉਹਨੂੰ ਵੀ, ਉਹ ਮੈਨੂੰ ਤੂੰ ਇਹ ਛੱਡ ਲੈਣਾ, ਮੈਂ ਕਿਹਾ ਤੂੰ ਮੇਰੇ ਤੋਂ ਛੋਟਾ, ਤੂੰ ਨੀ ਛੱਡਦਾ ਮੇਥੋਂ ਨੀ ਯਾਰ ਛੋੜਦੀ ਆ। ਜੀ ਜੀ ਜੀ, ਮੈਂ ਜਾਜੂ ਵੜਦਾ, ਮੇਰੇ ਨਾਲ ਸਾਥੀ ਹੈਗੇ ਨਾ, ਕਿਕਰਾ ਆ ਜਾਂਦਾ ਇਹਨੂੰ ਆ ਕੇ ਸੇਵਕ ਨੂੰ ਮੋਹਰਾ ਸਾਰੇ ਇਕੱਠੇ ਜਾ, ਜਿੱਥੇ ਬਾਜੀ ਮੈਨੂੰ ਹਲੇ ਚੱਲਾਂਗੇ। ਜੀ ਜੀ ਜੀ, ਬਦਾਮ ਪਾਉਣ ਨੂੰ ਆ ਬੱਬੂ ਤੇ ਦੀਪ ਆਏ, ਪਾਪੂ ਦਿੰਦੇ ਵਿਚਾਰੇ ਚ ਬਾਈ ਜਾ, ਪਹਿਲਾਂ ਨੀ ਵੇਖਿਆ ਸੀ ਬਾਈ ਨੂੰ ਕਦੇ, ਨਾਲ ਹੀ ਹੁੰਦਾ ਸੀ, ਨਾਲ ਹੀ ਹੁੰਦਾ ਬਾਜੀਆਂ ਛੱਡੀਆਂ ਆਪਦੇ ਘਰੋਂ ਛੱਡਦਾ ਕਈ ਛੱਡੀਆਂ। ਅੱਛਾ ਅੱਛਾ, ਉਹਦੇ ਘਰੇ ਵੀ ਰੱਖੇ। ਲਓ ਜੀ ਉਹ ਲਾਤੀ ਉੱਚੀ ਕਰਕੇ ਬਾਈ ਨੇ ਛਤਰੀ, ਵੇਖੋ ਤੁਸੀਂ ਫੁੱਲ ਉੱਚੀ ਹੈ ਉੱਥੇ ਤਾਂ ਬਾਈ, ਯਾਦ ਆਉਂਦੀ ਹੈ ਨੌਰੇ ਦੀ ਪੁਰਾਣੇ ਦੀ? ਆਉਂਦੀ ਆਉਂਦੀ ਹੈ, ਮੈਂ ਉੱਥੇ ਰੋਜ਼ਾਨਾ ਜਾਂਦਾ ਜੀ, ਇਦੋਂ ਪਹਿਲਾਂ ਦੋ ਵਾਰੀ ਜਾ ਆਇਆ ਮੈਂ ਉੱਥੇ ਜੀ। ਬਾਈ ਕਹਿੰਦਾ ਵੀ ਜਦੋਂ ਰਿਸ਼ਤੇਦਾਰਾਂ ਨੇ ਦਬਾਅ ਪਾਇਆ ਮੈਂ ਤਾਂ ਦਿੰਦਾ ਨੀ ਸੀ ਨੌਰਾ, ਕਹਿੰਦਾ ਵੀ ਮੇਰਾ ਉੱਥੇ ਬਚਪਨ ਜੋ ਮੈਂ ਸੁਰਤ ਸੰਭਾਲੀ ਉਸ ਨੌਰੇ ਚ ਕਬੂਤਰ ਰੱਖੇ ਸੀ, ਉੱਥੇ ਹੀ ਛੱਡਣ ਨੂੰ ਦਿਲ ਨੀ ਕਰਦਾ ਸੀ। ਹਾਂ ਹਾਂ, ਮਸਾਂ ਰਿਸ਼ਤੇਦਾਰਾਂ ਨੇ ਛਡਾਇਆ ਜੀ ਆਹ ਵੇਖ ਕੇ, ਤੇ ਕਿਤੇ ਨਾਲ ਪੁੱਤਰੇ ਦਾ ਸਾਰਾ ਲੱਭਿਆ, ਤੂੰ ਐ ਨਾ ਕਰ। ਫਿਰ ਮੈਂ ਚਲੋ ਮੰਨ ਗਿਆ, ਮੈਂ ਭੈਣ ਆਈ ਸੀ ਭਾਣ ਜੀ ਆਏ ਸੀ ਜੀ, ਫਿਰ ਇੱਥੇ ਚਲੋ ਹੁਣ ਤਾਂ ਇੱਥੇ ਵੀ ਜੀ ਲੱਗ ਗਿਆ, ਉਨਾ ਹੀ ਉਦੋਂ ਵੱਧ ਲੱਗ ਗਿਆ ਸਮਾਂ। ਹਾਂਜੀ ਹਾਂਜੀ, ਹਾਂ ਤੇ ਪਰ ਉੱਥੇ ਮੈਂ ਕਿਹਾ ਜ਼ਰੂਰ ਜਾਣਾ ਮੂਹਰੇ ਕੋਲੇ ਪੁਰਾਣੇ ਘਰੇ ਕਬੂਤਰਾਂ ਉੱਥੇ। ਜੀ ਜੀ ਜੀ, ਦਿਨ ਦੇ ਵਿੱਚ ਦੋ ਵਾਰੀ ਪੱਕਾ ਹੀ ਜਾਂਦਾ ਬਾਈ, ਫਿਰ ਉੱਥੇ ਡੇਲੀ ਜਾਂਦਾ ਬਾਈ। ਹਾਂ ਹਾਂ, ਹਾਂ ਕਬੂਤਰ ਤਾਂ ਬਹੁਤ ਪੁਰਾਣੇ ਆ ਉੱਥੇ, ਉੱਥੇ ਦਿੱਤੇ ਆ ਇਹਨੂੰ ਜੋੜੀਆਂ ਵੀ, ਮੈਂ ਕਿਹਾ ਤੂੰ ਰੱਖਣੇ ਆ ਚੰਗੇ ਰੱਖ। ਜੀ 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 ਜੀ, ਲੈ ਵੀ ਕਾਲੂ ਵੇਖ ਲਾ ਬਾਈ ਦਾ ਅੱਜ ਤੂੰ, ਮੈਨੂੰ ਲੱਗਦਾ ਤੂੰ ਵੀ ਵਿਵਾਦ ਵਾਲੇ ਪਹਿਲੀ ਵਾਰੀ ਆਇਆ, ਪਹਿਲੀ ਵਾਰੀ ਆਇਆ ਬਾਈ ਦਾ ਪੁਰਾਣਾ ਨੌਰਾ ਚ ਤਾਂ ਫਿਰ ਤੂੰ ਗਿਆ ਹੀ ਨੀ ਕਦੇ ਹਨਾ, ਇਹ ਬਾਈ ਦਾ ਨਵਾਂ, ਹਾਂ ਉਹ ਵੀ ਵਿਖਾਵਾਂਗੇ, ਯਾਦ ਬਾਈ ਦੀ ਵਿਖਾਵਾਂਗੇ ਤੈਨੂੰ ਪੁਰਾਣਾ ਨੌਰਾ ਵੀ, ਉਹਦੇ ਕੀ ਬਾਈ ਨੇ ਰੰਗ ਬਦਲਤੇ ਹੈ ਕਿ ਉਹ ਵੀ ਪਿਆ, ਹਾਂ ਹਾਂ ਦਿਖਾਵਾਂਗੇ ਥੋੜਾ ਜਿਹਾ ਨੌਰਾ ਵੀ, ਚਾਹ ਪੀ ਲਈਏ ਨੌਰਾ ਵੀ ਦਿਖਾ ਕੇ ਆਉਣਾ, ਕਿਉਂਕਿ ਅੱਜ ਲੇਟ ਹੈ ਸ਼ੂਟ ਹੈ ਆਪਣਾ ਹਨਾ,
ਜਿਹੜਾ ਗਾਣਾ ਹੈ ਉਹਦਾ ਥੋੜ੍ਹਾ ਜਿਹਾ ਸ਼ੂਟ ਰਹਿੰਦਾ ਸੀ ਉਹ ਕਰਨਾ, ਅਤੇ ਬਾਈ ਨੂੰ ਨਾਲ ਲੈ ਕੇ ਜਾਣਾ ਸੀ ਇੱਥੋਂ ਆਲਮਵਾਲੇ ਤੋਂ ਅਸੀਂ, ਅਤੇ ਤਾਂ ਕਰਕੇ ਮੈਂ ਥੋੜ੍ਹੀ ਚਲੋ ਬਾਈ ਦੀ ਵੀਡੀਓ ਬਣਾਉਂਦੇ ਹਾਂ, ਅਤੇ ਆਓ ਕਿਹੜਾ ਚਾਹ ਪੀ ਲਈਏ ਆਪਾਂ। ਲਓ ਜੀ, ਘਰ ਦੀਆਂ ਜਲੇਬੀਆਂ, ਲੱਡੂ, ਗੁਲਾਬ ਜਾਮਣ ਅਤੇ ਗਰਮਾ ਗਰਮ ਚਾਏ, ਅਤੇ ਬਾਈ ਤਾਂ ਖਾਈ ਜਾਂਦਾ, ਖੈਰ ਮਿੱਠੀ ਚੀਜ਼ ਨਹੀਂ ਖਾਂਦਾ, ਪਤਾ ਨਹੀਂ ਕੀ ਚੱਕਰ ਹੈ, ਹੈ ਨਾ, ਮੱਠੀ ਖਾਈ ਜਾਂਦਾ ਹੈ ਨਾ। ਅਤੇ ਇੱਧਰ ਸਾਡੇ ਮਾਸਟਰ ਸੇਵਕ ਜੀ ਹੈ, ਅਤੇ ਕੁਛ ਮੇਰੇ ਭਰਾ ਦਿੱਲੀ ਤੋਂ ਆਏ ਆ, ਉਹ ਆਪਦਾ ਸ਼ੂਟ ਉੱਧਰ ਉਹ ਦੇਖੋ ਕਰੀ ਜਾਂਦੇ, ਕਮਲ ਜੀ ਦਿੱਲੀ ਤੋਂ ਉਹ ਆਪਦਾ ਸ਼ੂਟ ਉੱਧਰ ਕਰੀ ਜਾਂਦੇ ਆ। ਅਤੇ ਹੋਰ ਜੀ ਕਿਕਰਾ ਜੀ ਕੀ ਹਾਲ ਹੈ? ਅਤੇ ਬਾਈ ਫਿਰ ਕੋਈ ਪੁਰਾਣੀ ਗੱਲਬਾਤ ਹੋਰ ਦੱਸੋ, ਪਿੰਡ ਦੀ ਬਾਜੀ ਦੀ ਕੋਈ ਪੁਰਾਣੀ ਗੱਲਬਾਤ। ਬਾਜੀਆਂ ਤਾਂ ਹੁਣ ਰਹਿੰਦੀਆਂ ਕਿੱਥੇ, ਯਾਦ ਰਹਿੰਦੀਆਂ, ਬੜੀਆਂ ਬਾਜੀਆਂ ਛੱਡੀਆਂ ਜੀ ਜੀ ਜੀ, ਪਰ ਯਾਦ ਨਹੀਂ ਰਹਿੰਦੀਆਂ ਜੀ, ਪਹਿਲਾਂ ਬਾਦਲ ਛੱਡਦੇ ਉਹਦੇ ਨਾਲ ਪੈਸੇ ਪੂਸੇ ਲਾਉਂਦੇ ਜਸਵੀਰ ਨਾਲ। ਹਾਂਜੀ ਹਾਂਜੀ ਜੀ ਜੀ ਜੀ, ਉਹਦੇ ਪਿੰਡ ਕਈ ਵਾਰੀ ਲਾਏ ਪੈਸੇ, ਜਿਹੜੇ ਤਕਰੀਬਨ ਅਸੀਂ ਜਿੱਤੇ ਆ ਜੀ ਜੀ ਜੀ, ਕਿਹੜਾ ਉਹਨੇ ਗੇਜੇ ਦਾ ਛੱਡਿਆ, ਕਿਹੜਾ ਮੋਹਨ ਸਿੰਘ ਦਾ ਛੱਡਿਆ, ਹਰੇ ਰੱਖਣ ਨੇ ਹੋਰ ਕਿਹਦਾ ਛੱਡਿਆ, ਜਿੰਨੇ ਅਸੀਂ ਜਿੱਤੇ ਸਾਰੇ ਯਾਰੀ। ਤੁਹਾਡੇ ਨਾਲ ਬਹੁਤ ਪੈਸੇ ਲੱਗਦੇ ਸੀ ਜਸਵੀਰ? ਹਾਂਜੀ, ਬੜੇ ਹੱਸ ਕੇ ਲਾਉਂਦਾ ਸਰਦਾਰ, ਬੜਾ ਜੀ ਲੱਗਦਾ। ਹਾਂਜੀ ਹਾਂਜੀ, ਉਹਦਾ ਐਂ ਰੌਣਕ ਮੇਲਾ ਹੋ ਜਾਂਦਾ, ਖੇੜਾ ਪੈਂਦਾ, ਗੱਲਾਂ ਕਰਦਾ, ਜਿਸ ਪਾਸੇ 100-100 ਬੰਦਾ ਉਹਦੇ ਇਕੱਠਾ ਹੋ ਜਾਂਦਾ ਜੀ 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 ਜੀ, ਤੂੰ ਹੱਸਦਾ ਹੀ ਰਹਿੰਦਾ। ਜਿਹੜੇ ਬਾਈ ਸ਼ੁਰੂ ਚ ਕਬੂਤਰ ਬਣੇ ਸੀ ਤੁਹਾਡੇ ਕੋਲੇ, ਲੁੱਡਣ ਬਣਿਆ ਸੀ ਉਹ, ਬਾਬਾ ਜੀ ਭਾਗ ਸਿੰਘ ਨਵਾਂ ਕਿਲਾ ਉਹਨਾਂ ਦੀ ਕਬੂਤਰੀ ਤੋਂ ਬਣੇ, ਕਬੂਤਰੀ ਛੋਟੇ ਛੋਟੇ ਹੁੰਦੇ ਸੀ, ਝੋਲੜੀ ਬਾਜੀ ਸੀਗੀ ਉਦੋਂ ਜੀ, ਉਹ ਕਬੂਤਰੀ ਘੜੀ ਜੇ ਕੋਈ ਦਿਸੇ ਨਾ ਉੱਚੀ ਖੜ ਗਈ ਜੀ, ਉਹ ਉੱਠ ਕੇ ਉੱਥੇ ਆ ਕੇ ਡਿੱਗੀ ਜੀ, ਉੱਥੋਂ ਭਿੰਦਰ ਹੁੰਦੇ ਸੀ ਦੋਵੇਂ, ਭਿੰਦਰ ਮੋਗਾ ਤੇ ਇੱਕ ਦੂਜਾ ਭਿੰਦਰ, ਇਹ ਗਏ ਉੱਥੇ ਲੈਣ ਜੀ, ਉਹ ਬਜ਼ੁਰਗ ਜੇ ਕੋਲੇ ਸੀਗੇ ਫੜੇ ਤੇ ਉਹਨੇ ਨਾਂ ਦਿੱਤੇ। ਹਾਂਜੀ ਹਾਂਜੀ ਹਾਂਜੀ, ਨਾ ਦਿੱਤੇ ਉਹ ਉੱਠ ਕੇ ਕਰੇ, ਮਗਰ ਉਹ ਖੁੱਲੇ ਚੋਂ ਬਾਰੀ ਖੋਲ ਕੇ ਲਿਆਏ, ਉਹ ਕਬੂਤਰੀ ਬੱਚੇ ਕਢਾਏ ਉਹਦੇ ਅਸੀਂ, ਬੜੇ ਚੰਗੇ ਉੱਡਣ ਲੱਗ ਗਏ, ਔਲਾਦ ਉਹਦੀ। ਕਬੂਤਰ ਰਾਮਗੜ੍ਹ ਚੁੰਗਾ ਤੋਂ ਲਿਆਂਦਾ ਸੀਗਾ ਕੋਰੇ ਨੇ ਜੀ, ਉਹਦੇ ਕਾਲੇ ਖੰਭ ਸੀ ਪੂੰਜੇ ਤੋਂ, ਅੱਗੇ ਇਹ ਵੀ ਭਾਕ ਹੈ, ਅਸੀਂ ਆਪ ਵੀ ਮਿਲਾ ਦੇ, ਉਹਦਾ ਉਤਾਰ ਬਹਿ ਗਿਆ, ਬੱਚੇ ਬੜੇ ਉੱਡਣ ਲੱਗ ਗਏ, ਫਿਰ ਉੱਥੋਂ ਸਾਨੂੰ ਸ਼ੌਂਕ ਪੈ ਗਿਆ ਬਾਜੀਆਂ, ਉੱਥੋਂ ਸਾਰੀ ਤੁਹਾਡੇ ਕੋਲੇ ਉਹ ਨਸਲ ਪੁਰਾਣੀ ਤਿਆਰ ਹੋਈ। ਹਾਂ, ਉੱਥੋਂ ਐ ਹੁੰਦੀ ਹੁੰਦੀ, ਕਬੂਤਰ ਬਿਆਨਤਾ ਉਹਦੇ ਵਾਲਾ ਲਿਆ ਸਦਰਾਂ ਤੋਂ ਜੀ, ਉਹ ਸਾਡੇ ਕੋਲੇ ਆ ਗਿਆ, ਕੁਛ ਮੀਰਾ ਫੜਿਆ ਸੀਗਾ ਉਹ ਖਿਲਾੜੀ ਬਰਾੜ ਨੇ ਬਰੜਾ ਜੀ, ਉਹ ਭਿੰਦਰ ਰਿਹਾ ਮਿਲ ਕੇ, ਕਬੂਤਰ ਬੜੇ ਵਧੀਆ ਬਣ ਗਏ, ਬੜੀਆਂ ਬਾਜੀਆਂ ਛੱਡੂਗਾ, ਬੜੀਆਂ ਜਿੱਤੀਆਂ, ਤੇ ਉਹਦਾ ਦੁਆਰਿਆ ਕੱਢੇ ਕੁੱਢੇ ਗਏ, ਤਾਂ ਹੁਣ ਚੋਰੀ ਹੋ ਗਏ, ਉਹ ਬਹੁਤ ਕਿਸੇ ਨੇ ਮਾੜੀ ਸ਼ੌਕ ਖਰਾਬ ਕਰਤਾ ਉਦੋਂ ਬਾਅਦ ਹੋਏ ਸੀ ਚੋਰੀ। ਹਾਂਜੀ 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 ਹਾਂਜੀ, ਬਹੁਤ ਮਾੜੀ ਗੱਲ ਆ, ਜਿਹੜਾ ਬਾਈ ਦੇ ਕਬੂਤਰ ਕੋਈ ਕੱਢ ਕੇ ਲੈ ਗਿਆ ਸੀਗਾ। ਜਵਾਬ ਨੀ ਕਿਸੇ ਨੂੰ ਵੀ ਦਿੱਤੇ, ਕੋਈ ਬੰਦਾ ਜਿਹਨੂੰ ਚਾਰ ਨੀ ਦੇਣੇ, ਦੋ ਦੇਣੇ ਹੀ ਦੇਣੇ ਜੀ ਜੀ, ਇੱਕ ਦਾ ਬਾਪੂ ਬੈਠਾ ਹੁੰਦਾ ਯਾਰ, ਇੱਕ ਦਾ ਜ਼ਰੂਰ ਦੇ ਦੇ, ਇੰਨੀ ਦੂਰੋਂ ਆਏ ਆ। ਹਾਂਜੀ ਹਾਂਜੀ, ਦੇ ਹੀ ਦਿੰਦੇ, ਇੱਕ ਦੋ ਕਿਸੇ ਨੂੰ ਅਸ਼ਮੀਰੀ ਵਾਲਾ ਆ ਗਿਆ, ਕੋਈ ਦੇ ਆ। ਬਿਲਕੁਲ ਜੀ ਬਾਈ, ਹੋਰ ਉਹਨਾਂ ਸਮਿਆਂ ਚ ਕਿਹੜਾ ਖਿਡਾਰੀ ਟੱਕਰ ਦਿੰਦਾ ਸੀ, ਜਸਵੀਰ ਬਾਦਲ ਤੇ ਤੁਸੀਂ, ਤੇ ਹੋਰ ਕਿਹੜਾ ਟੱਕਰ ਦੇ ਜਾਂਦਾ ਸੀ ਪੂਰੀ, ਵੀ ਕਦੇ ਤੁਹਾਡੀ ਦੋਨੇ ਜਿੱਤ ਕੰਨੀ ਰਹਿ ਜਾਂਦੇ ਸੀ, ਉਹ ਤੀਜਾ ਲੈ ਜਾਂਦਾ ਸੀ ਜਿੱਤ ਕੇ? ਰੋਲਦੂ ਸੀ ਅੱਜ ਉੱਥੋਂ ਵਾਲਾ ਗੋਗੜ, ਗਿੱਦੀ, ਸਟੇਰਾ ਸਾਰੇ ਹੁੰਦੇ ਸੀ ਉਦੋਂ, ਉਹਨਾਂ ਟਾਈਮਾਂ ਚ ਖਿਡਾਰੀ ਪੂਰੇ ਤੁਹਾਨੂੰ ਵੀ ਹਰਾ ਜਾਂਦੇ ਸੀ ਕਈ ਵਾਰੀ? ਹਾਂ, ਸਾਨੂੰ ਜਸਵੀਰ ਵੀ ਹਰਾ ਜਾਂਦਾ ਸੀ, ਠੀਕ ਹੈ, ਅਸੀਂ ਉੱਥੇ ਪੈਸੇ ਲਾਏ, ਮੇਰਾ ਕਬੂਤਰ ਰਾਤ ਨੂੰ ਨੀ ਬੈਠਾ ਕਿੰਗਰੀ ਜੀ, ਅਸੀਂ ਪਰਸ਼ੋਤ ਨੂੰ ਕਬੂਤਰ ਛੱਡਿਆ ਉਹਨੇ,
ਜੇ ਮਾੜਾ ਹੋਵੇ ਫਿਰ ਅਗਲੇ ਚਾਚਾ ਬਾਪੂ ਆਦਾ ਸਾਨੂੰ ਮੈਨੂੰ ਆਪ ਨੂੰ ਚਾਚਾ ਵੰਡ ਲੈ ਨਾ ਕਰ ਬਾਪੂ ਵੰਡ ਲੈ ਆਖ ਦਿੰਦਾ ਸੀ। ਫਿਰ ਜੇ ਜਿੱਤੇ ਜੁੱਤੇ ਅਸੀਂ ਬਾਜੀ ਦੇ ਪੈਸੇ ਕਾਹਲੀ ਜਿੱਤੇ ਉਦੋਂ ਜੀ ਅਸੀਂ ਆਖਿਆ ਜੀ ਸਾਰੇ ਸੀਗੇ ਬੇਅੰਤ ਗੁਰਪ੍ਰਤਾਪ ਬਿੱਟੂ ਅਵਰਖਰਾਣਾ ਜੀ ਕੋਰਾ ਬਾਜਾ ਸਾਰੇ ਸੀ ਤੇ ਅਸੀਂ ਇੱਕ ਦਾਰ ਸ਼ਰਾਬ ਦਾ ਡੱਬਾ ਲਿਆਂਦਾ। ਫਿਰ ਆਖਿਆ ਸਰਦਾਰ ਜੀ ਪੀ ਲੋ ਸਿਗਰਟ ਲਾਈ ਬੈਠਾ ਸੀ ਆਹ ਮੇਰੀ ਟੂਈ ਮਾਰੀ ਹੁਣ ਮੈਨੂੰ ਤਾਂ ਪਿਓ ਗਈ ਆ ਗਿਆ ਹੱਸ ਕੇ ਸਾਡੇ ਨਾਲ ਪੈਗ ਲਾਇਆ। ਫਿਰ ਉਹਨੇ ਠੀਕ ਹੈ ਖੁਸ਼ ਹੋ ਗਿਆ ਨਾਲੇ ਆਹ ਤੇਰੇ ਕਬੂਤਰਾਂ ਨੂੰ ਨਹੀਂ ਉੱਪੜਦੇ ਸਾਡੇ ਬਾਈ ਉਹ ਸਮਾਂ ਵਧੀਆ ਸੀ ਸਮਾਂ ਬੜਾ ਵਧੀਆ ਸੀ ਹੁਣ ਆਪਾਂ ਵੀ ਕਹਿ ਰਹੇ ਪੈਸੇ ਲਾ ਲੋ ਹਾਂਜੀ ਉਦੋਂ ਹੀ ਲੜ ਪੈਂਦੇ ਆ ਉਦੋਂ ਜੀ ਲੜਦਾ ਨੀ ਕੋਈ ਵੀ ਜੀ 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 ਬੜੇ ਹੱਸ ਕੇ ਪੈਸੇ ਲਾਉਂਦੇ ਫਿਰ ਹੱਸ ਕੇ ਇਕੱਠੇ ਦਾਰੂ ਅਗਲੀ ਬਾਜ ਤੇ ਫੇਰ ਆਖਣਾ ਉਹਨੇ ਜਾਣਾ ਸਾਡੇ ਚਾਚੇ ਨੂੰ ਆਖਣਾ ਲਾ ਪੈਸੇ ਇਹ ਪਹਿਲਾਂ ਆਖਦਾ ਮੈਨੂੰ ਮਾਵਾ ਖਵਾ ਸ਼ੁਗਲ ਮਾਰਦੇ ਹਰੇਕ ਬਾਜੀ ਜੀ ਲਾਉਣੀ ਲਾਉਣੀ ਜੀ ਸ਼ੁਗਲ ਸੀ ਤੇ ਸ਼ੌਕ ਸੀ ਉਹ ਪਹਿਲਾਂ ਉਹ ਕੌਣੀ ਵਾਲਿਆਂ ਨਾਲ ਲਾਉਂਦਾ ਹੁੰਦਾ ਸੀ ਜਸਵੀਰ ਬਾਦਲ ਕੌਣੀ ਕੌਂਦੀ ਪੁਰਾਣਾ ਗੁਰਦੇਵ ਬਾਬੂ ਦਿੰਦੇ ਸੀ ਉਹਨਾਂ ਨਾਲ ਲਾਉਂਦੇ ਸਭ ਤੋਂ ਪਹਿਲਾਂ ਚੰਗੇ ਖਿਡਾਰੀ ਸੀਗੇ ਬਾਜੀ ਛੱਡਦੇ ਜਿਵੇਂ ਅਸੀਂ ਹੋ ਗਏ ਸਾਡੇ ਨਾਲ ਸਰਪੰਚ ਨਾਲ ਵੀ ਲਾਉਂਦਾ ਸੀ ਲਾਲਬਾਈ ਵਾਲੇ ਨਾਲ ਹਰੇਕ ਨਾਲ ਲਾਉਂਦਾ ਹੀ ਲਾਉਂਦਾ ਸੀ ਸਰਪੰਚ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਸੀ ਲਾਲਬਾਈ ਵਾਲਿਆਂ ਦੀ ਇੱਕ ਵਾਰੀ ਉਹਨਾਂ ਨੇ ਇਹ ਗੱਲ ਕਹੀ ਸੀ ਇਸ ਦੁਨੀਆਂ ਤੇ ਨਹੀਂ ਰਹੇ ਬਹੁਤ ਚੰਗੇ ਇਨਸਾਨ ਸੀ ਉਹ ਕਹਿੰਦੇ ਵੀ ਦੋ ਤਿੰਨ ਬਾਜੀਆਂ ਤੇ ਮੈਂ ਗਿਆ ਇਹੋ ਜਿਹੀਆਂ ਸੀ ਜਿੱਥੇ ਲੋਕ ਪਿੰਜਰੇ ਚੱਕ ਕੇ ਭੱਜ ਜਾਂਦੇ ਸੀ ਸਰਪੰਚ ਆ ਗਿਆ ਲਾਲਬਾਈ ਵਾਲਾ ਹੁਣ ਚੱਲੀਏ ਯਾਰ ਇੱਥੇ ਕਬੂਤਰ ਨੀ ਛੱਡਦੇ ਇਹ ਗੱਲ ਬਾਈ ਵਾਕਈ ਐ ਹੁੰਦੀ ਸੀ ਹਾਂਜੀ ਹੁੰਦੇ ਸੀ ਵਾਕਈ ਅਸੀਂ ਉਦੋਂ ਛੋਟੇ ਹੁੰਦੇ ਸਾਂ ਮਤਲਬ ਬਾਜੀਆਂ ਜਿਆਦਾ ਮਿੱਡ ਹੋਇਆ ਸਾਰੇ ਬਾਜੀਆਂ ਜਿਆਦਾ ਜਾਫਾ ਜਲ ਸੀਗਾ ਜੀ ਲਾਲਬਾਈ ਦੇ ਬਹੁਤ ਬੰਦੇ ਸੀਗੇ ਟਮਾਣੇ ਦੀ ਛੋਟੇ ਸੀ ਉਦੋਂ ਸਫਾਲ ਅਲੀ ਹੁਣ ਇਹ ਖਿਡਾਰੀ ਬਣੇ ਵਧੀਆ ਜੀ ਜੀ ਗੁਰਮੀਤ ਮਿੱਡ ਦਾ ਪੁੱਤਰ ਵਧੀਆ ਬੰਦਾ ਹੈ ਬਹੁਤ ਵਧੀਆ ਗੁਰਮੀਤ ਬਾਈ ਬਾਬਾ ਜੀ ਲਾ ਉਹ ਵੀ ਬੰਦਾ ਵਧੀਆ ਜੀ ਮਿੱਡ ਦਾ ਪੁੱਤਰ ਬਹੁਤ ਜਿਆਦਾ ਇੱਜ਼ਤ ਕਰਦਾ ਬੰਦੇ ਦੀ ਜੀ 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 ਫਿਰ ਉਹਨੇ ਕਬੂਤਰੀ ਸਾਂਭੀ ਵਿਰਕ ਵਾਲੇ ਵਾਲੀ ਰਾਤ ਨੂੰ ਨਾ ਬੇਟੀ ਉਹਨੂੰ ਸਿਆ ਗਈ ਜੀ ਸਿਆ ਗਈ ਤੇ ਉਹਨੇ ਛੱਡਤੀ ਉਹਨੂੰ ਸਿਆ ਗਈ ਕਿਤੇ ਡਿੱਗੀ ਪਈ ਜੀ ਉਹਨੇ ਸਾਂਭ ਕੇ ਛੱਡਤੀ ਵਿਰਕ ਵਾਲੀ ਵਾਲੇ ਕੇ ਵੇਖਣ ਸਾਡੀ ਲਹਿਰ ਉੱਡ ਪਈ ਜੀ ਉਹ ਫਿਰ ਵਧੀਆ ਉੱਚੀ ਮਹਿਰ ਇੰਨਾ ਕਿਵੇਂ ਉੱਡ ਪਈ ਉਹ ਗੁਰਮੀਤ ਆ ਮੈਂ ਸਾਂਭ ਕੇ ਛੱਡੀ ਆ ਬਾਈ ਜੀ ਸਾਲ ਹੋਊਗੀ ਜੀ ਅਸੀਂ ਸੱਤਾਂ ਨੇ ਮੰਡੀ ਸੀਗੀ 145 ਸੀਗੇ ਤੇ ਸਾਡੇ ਘਰ ਗਏ ਸੀਗਾ ਵੀ ਭੋਲੂਗਾ ਮੇਰਾ ਜੀ ਤੇ ਉਹ ਹੀ ਵਿਰਕ ਵਾਲੀ ਵਾਲਿਆਂ ਦਾ ਹੁੰਦਾ ਨੇ ਬਾਜੀ ਵੰਡੀ ਜੀ ਜੀ ਅਸੀਂ ਜੀ ਫਿਰ ਐ ਕੀਤਾ ਅਸੀਂ ਆਖਿਆ ਵੀ ਉਹਨੂੰ ਦੇ ਕੇ ਆਈਏ ਵਿੱਚ 2000-4000 ਜੀ ਮਤਲਬ ਗੁਰਮੀਤ ਨੂੰ ਬਾਈ ਗੁਰਮੀਤ ਨੂੰ ਹਾਂ ਵੀ ਉਹਨੇ ਕਬੂਤਰੀ ਸਾਂਭੀ ਹੈ ਤੇ ਕਈ ਆਮ ਬੰਦੇ ਬਈ ਕਬੂਤਰੀ ਐ ਫੜਦੇ ਵੀ ਅਸੀਂ 2000 ਲਵਾਂਗੇ ਜਾਂ 30,000 ਲਵਾਂਗੇ ਜੀ ਐ ਸਾਂਭਦੇ ਆ ਉਹਨੇ ਜੀ ਸਾਡੇ ਬੁਲਟਾ ਗਲ ਪੈ ਗਿਆ ਜੀ ਅਸੀਂ ਆਖਿਆ 10,000 ਗੁੱਡੀ ਹੁੰਦੇ ਸੀ ਨੇ 5,000 ਆਹਦਾ ਬਾਈ ਇਹ ਕੰਮ ਨੀ ਕਰਨਾ ਪੈਗ ਪੀਓ ਫਿਰ ਸਾਨੂੰ ਉਹਨੇ ਪੈਗ ਪਿਆ ਇਹ ਕੰਮ ਨੀ ਕਰਨਾ ਦਾ ਮੈਂ ਨਹੀਂ ਵਿਚਾਰੇ ਨੇ ਆਪ
ਬਹੁਤ ਵਧੀਆ ਕਿਕਰੇ ਕੇ ਪਿੰਡ ਵਾਲੇ ਵਧੀਆ ਪੁੰਨੂ ਹੋਰੀ ਗਰੀਬ ਜਨ ਸੀਗੇ ਵਿਚਾਰੇ ਬੜੇ ਖੁਸ਼ ਹੋਏ ਉਹ ਅਜੇ ਸਾਡਾ ਭਾਈ ਜਿੱਤਿਆ ਯਾਰ ਬਹੁਤ ਵਧੀਆ ਭਾਈ ਗੁਰਮੀਤ ਦੇ ਨਾਂ ਤੇ ਮੈਂ ਤਾਂ ਤਾੜੀ ਮਾਰੂਆ ਭਰਾ ਦੇ ਤੇ ਬਹੁਤ ਵਧੀਆ ਕੰਮ ਆ ਜੀ ਪਹਿਲੀ ਵਾਰੀ ਗੱਲ ਦਾ ਪਤਾ ਲੱਗਿਆ ਹਾਂਜੀ ਹਾਂਜੀ ਹਾਂ ਨਹੀਂ ਤਾਂ ਇਹੋ ਜਿਹਾ ਭਾਈ ਕੰਮ ਕੋਈ ਕਰਦਾ ਨੀ ਹਨਾ ਬਾਕੀ ਸਾਰੇ ਅਟਮਾਣਾ ਬਹੁਤ ਚੰਗਾ ਵਿਚਾਰਾ ਜੀ 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 ਜਦੋਂ ਕਦੋਂ ਸਭ ਮੈਨੂੰ ਆਇਆ ਪੈਗ ਲਾਈ ਆਇਆ ਪੈਗ ਲਾਈਏ ਹਾਂ ਬਾਈ ਨੇ ਉੱਤੇ ਵੀ ਕਹਿੰਦਾ ਸੀ ਚੀਕੂ ਵਾਲੀ ਆ ਧੱਕੇ ਨਾਲ ਜੇਬ ਚ ਪਾਈ ਲੈ ਕੇ ਜਾ ਹਾਂ ਹੁਣ ਫਿਰ ਅਸੀਂ ਆਉਂਦੇ ਨਾ ਉਧਰੋਂ ਮਾਏ ਸਗਾਹ ਤੋਂ ਮਾੜੀ ਮਾਤਾ ਮੇਰੀ ਚਾਚੀ ਮਰੀ ਸੀ ਆਉਂਦੇ ਉਹਦੇ ਕੋਲੇ ਵੜ ਗਏ ਉਹੀ ਗੱਲ ਫਿਰ ਮੱਲੂ ਮੁੱਲੀ ਉਹਨੇ ਫੇਰ ਮਤਲਬ ਮੈਨੂੰ ਬੋਤਲ ਮੇਰੀ ਪਾਸੀ ਹਾਂ ਬਿਲਕੁਲ ਮੈਨੂੰ ਵੀ ਬਾਈ ਕਾਰ ਚ ਰੱਖਦਾ ਸੀ ਉਹ ਕਹਿੰਦਾ ਵੀ ਲੈ ਕੇ ਜਾ ਮੈਂ ਯਾਰ ਮੈਂ ਤਾਂ ਪੀਂਦਾ ਨੀ ਖਾਂਦਾ ਨੀ ਮੈਂ ਕਰਨੀ ਹੈ ਪਰ ਬਾਈ ਦੇ ਤਾਂ ਮੈਨੂੰ ਤੱਕ ਜੇਬ ਚ ਪਾਤੀ ਸੀ ਧੱਕੇ ਨਾਲ ਹਨਾ ਵੀ ਨਹੀਂ ਲੈ ਕੇ ਜਾ ਲਾਜ਼ਮੀ ਦੁਬਾਰੇ ਫਿਰ ਜਾ ਆਏ ਸਾ ਜੀ 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 ਤੇ ਲਓ ਜੀ ਹੁਣ ਸਾਡੇ ਉਹ ਦਿੱਲੀ ਤੋਂ ਆਏ ਆ ਕਮਲ ਜੀ ਅੱਜ ਪਹਿਲੀ ਵਾਰੀ ਗੁਰਜੰਤ ਸਿੰਘ ਨੂੰ ਕਿਵੇਂ ਲੱਗਿਆ ਜੀ ਮਿਲ ਕੇ ਥੋੜਾ ਜਿਹਾ ਨੇੜੇ ਹਾਂਜੀ ਝੂਟ ਦਰਸ਼ਨ ਹੋ ਗਏ ਜੀ ਬੜਾ ਸੁਣਿਆ ਸਾਰਾ ਜੀ ਨਾ ਜੀ ਜੀ ਹਾਂ ਇੰਟਰਵਿਊ ਵੀ ਕਰਾਂਗੇ ਆਪਣੇ YouTube ਚੈਨਲ ਤੇ ਵੀ ਪਾਵਾਂਗੇ ਜੀ ਜੀ ਬਸ ਤੁਹਾਡੇ ਨਾਲ ਹੋਰ ਜਿਹੜੀਆਂ ਦੀਪਾਲ ਹੈ ਜੀ ਚੱਲਾਂਗੇ ਜੀ ਥੈਂਕ ਯੂ ਤੁਹਾਡਾ ਭੁਪਿੰਦਰ ਸਾਹਿਬ ਜੀ 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 ਲਓ ਚਲ ਆ ਜੂ ਆਪੇ ਜਿਹੜੇ ਨੇੜੇ ਕਰੋ ਗੱਲਬਾਤ ਕਿਉਂਕਿ ਆਪਾਂ ਲੇਟ ਹੁੰਨੇ ਆ ਫਿਰ ਹਨਾ ਹਾਂਜੀ ਇੱਕ ਸੇਵਕ ਜੀ ਸਾਡੇ ਕੋਈ ਗੱਲ ਸੁਣਾਉਂਦੇ ਸੀ ਪੁਰਾਣੀ ਹਾਂਜੀ ਹਾਂਜੀ ਬਾਈ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ ਬਾਈ ਹੋਊਗਾ ਹੁਣੇ 10-12 ਸਾਲ ਤੋਂ ਹੋ ਗਏ ਹੋਣੇ 10-12 ਸਾਲਾਂ ਦੀ ਗੱਲ ਆ ਬਾਹਲੀ ਗਰਮੀ ਪਈ ਜਾਵੇ ਤੇ ਮੈਂ ਵੀ ਉਧਰੋਂ ਹੈਪੀ ਡਾਕਟਰ ਕੋਲ ਨਾ ਆਈ ਜਾਂਦਾ ਸੀ ਮੋਟਰਸਾਈਕਲ ਲੈ ਕੇ ਤੇ ਮੈਨੂੰ ਲੱਗਦਾ 8:30-9 ਹੀ ਵੱਜੇ ਹੋਣੇ ਜੀ ਤੇ ਬਾਈ ਉਹਨੂੰ ਇੱਕ ਕਬੂਤਰ ਨੂੰ ਨਾ ਪੱਲਾ ਘਕਾਈ ਜਾਵੇ ਕਦੇ ਪੱਲੀ ਘਕਾਵੇ ਕਿਤੇ ਕੁਛ ਮਾਰੇ ਉਹਨੂੰ ਹੈ ਜੀ ਮੈਂ ਵੀ ਆ ਗਿਆ ਵੜ ਗਿਆ ਦਰਵਾਜ਼ਾ ਖੋਲ ਕੇ ਮੈਂ ਬਾਈ ਇਹਨੂੰ ਕੀ ਹੋ ਗਿਆ ਕਹਿੰਦਾ ਯਾਰ ਉੱਡਦਾ ਹੀ ਨੀਗਾ ਬਾਈ ਨੇ ਟੇਢੀ ਲਾ ਦੀ ਛਤਰੀ ਦਰਵਾਜ਼ੇ ਦੇ ਕੰਧ ਦੇ ਨਾਲ ਜੇ ਉਹ ਉੱਤੇ ਆ ਕੇ ਬਹਿ ਗਿਆ ਮੈਂ ਬਾਈ ਨੂੰ ਕਿਹਾ ਯਾਰ ਕੱਲ ਨੂੰ ਮੈਂ ਕਿਹਾ ਇਹਨੂੰ ਸਾਂਭ ਦੀ ਪਰਸੋਂ ਬਾਜੀ ਆਪਾਂ ਇਹਨੂੰ ਬਾਜੀ ਤੇ ਓਲਾ ਮਾਰ ਦਿਆ ਝੋੜਾ ਪਿੰਡ ਬਾਜੀ ਝੋੜਾ ਪਿੰਡ ਬਾਜੀ ਸੀ ਮੈਂ ਜਿਹੜੇ ਤੂੰ ਲਾਉਣੇ ਆ ਲਾ ਲਈ ਬਾਕੀ ਮੈਂ ਲਾ ਲੂੰਗਾ ਕਹਿੰਦਾ ਕੋਈ ਗੱਲ ਨੀ ਤੂੰ ਪੈਸਾ ਨੀ ਕੋਈ ਗੱਲ ਨੀ ਤੂੰ ਵੀ ਛੱਡ ਦੀ ਆ ਅਸੀਂ ਵੀ ਉਹ ਬਾਈ ਨੇ ਸਾਂਭਤਾ ਚਲੋ ਅਸੀਂ ਛੱਡਤਾ ਬਾਜੀ ਨੇ ਜੀ ਬਾਈ ਨਹੀਂ ਗਿਆ ਸੀ ਮੈਂ ਹੀ ਗਿਆ ਸੀਗਾ ਤੇ ਉੱਥੇ ਜੀ ਨਹੀਂ ਕਰੇ ਮੈਂ ਕੱਟ ਉੜਦਾ ਬਹਿ ਜੂਗਾ ਹਾਂ ਬਾਈ ਦਾ ਤੂੰ ਆਪ ਹੀ ਛੱਡ ਦੀ ਜੀ ਉਹ ਕਬੂਤਰ ਨੇ ਬਾਈ ਰਿਕਾਰਡ ਹੀ ਕਾਇਮ ਕੀਤਾ ਮੈਂ ਕਹਿੰਦਾ ਯਾਰ ਇੰਨੀ ਗਰਮੀ ਚ ਉਹ ਉੱਡਿਆ ਜੀ ਆਪਣੇ ਬਿੰਦਰ ਕਿੰਗ ਕਿੰਗਰਿਆਲਾ ਵੀ ਸੀਗਾ ਹਾਂ ਉਹ ਬਣਦਾ ਨਹੀਂ ਸੀ ਕਰਨਾ ਹਾਂ ਮੇਰੇ ਪਿੰਡੋਂ ਇੱਕ ਜਵਾਂਦਾਰਾ ਦਾ ਕਬੂਤਰ ਸੀ ਡੱਬੀ ਹਾਂ ਡੱਬੀ ਸਾਡੇ ਸ਼ਾਮ ਆਖਰ ਨੂੰ ਨਾ ਮੇਰੇ ਖਿਆਲ 2:30 ਤਿੰਨ ਕਬੂਤਰ ਹੈਗੇ ਮੇਰੇ ਪਿੰਡ ਵਾਲਿਆਂ ਦੀ ਜਵਾਂਦਾਰ ਦੀ ਇੱਕ ਡੱਬੀ ਸੀ ਇੱਕ ਬਾਈ ਵਾਲਾ ਤੇ ਇੱਕ ਉਹ ਬਿੰਦਰ ਬੋਰਗੀ ਦਾ ਸੀ ਕਬੂਤਰ ਉਹ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਵੰਡ ਲਈਏ ਆਪਾਂ ਮੇਰੇ ਪਿੰਡ ਵਾਲਾ ਇੱਕ ਹੈਗਾ ਕਬੂਤਰ ਕਹਿੰਦਾ ਨਹੀਂ ਨਹੀਂ ਮੇਰਾ ਬੜਾ ਚੰਗਾ ਤੇ ਮੈਂ ਕਿਹਾ ਚਲੋ ਠੀਕ ਆ ਬਾਈ ਜੀ ਮੈਂ ਵੀ ਚਲੋ ਠੀਕ ਆ ਉਹ ਆਖਰ ਨੂੰ ਮੇਰੇ ਪਿੰਡ ਵਾਲੀ ਜਿਹੜੀ ਡੱਬੀ ਸੀ ਉਹ ਟਾਵਰ ਤੇ ਬਹਿ ਗਈ ਜੀ ਜਦੋਂ ਉਹ ਬਹਿ ਗਈ ਤੇ ਉਹ ਮੇਰੇ ਕੋਲੇ ਆ ਗਿਆ ਕਹਿੰਦਾ ਹੁਣ ਕਰ ਲੈਨੇ ਆ ਮੈਂ ਨਹੀਂ ਹੁਣ ਨਹੀਂ ਹੋਣੀ ਮੈਂ ਕਿਹਾ ਜੀ ਹੁਣ ਤਾਂ ਮਗਾਰ ਪਾਰੀ ਹੋ ਬਹੁਤ ਵੱਡਾ ਕਬੂਤਰ ਬਹੁਤ ਬਾਈ ਕਿਹੜਿਆਂ ਤੁਸੀਂ ਕਬੂਤਰ ਕਿਹੜਿਆਂ ਤੁਸੀਂ ਆਉਂਦੇ ਸੀ ਉਦੋਂ ਬਹੁਤ ਚੰਗੇ ਕਬੂਤਰ ਸੀ ਉਹ ਭਾਗ ਰਹੇ ਜੀ ਲੁੱਡਣ ਵਾਲੀ ਨਸਲ ਹੀ ਸੀ ਉਹ ਭਾਈ ਇੰਨਾ ਘੱਟ ਉੱਡਦਾ ਸੀ ਚਲੇ ਗੰਦੀ ਸੀਗਾ ਜਮਾ ਜੀ ਜੀ ਨਸਲ ਕਰਕੇ ਫਿਰ ਉਹ ਇਕੱਲੇ ਨੇ ਬਾਈ ਜਿੱਤੀ ਉਦੋਂ ਬਾਈ ਮੈਂ ਵੀ ਵੇਖਾ ਤੂੰ ਰੰਗ ਬਹੁਤ ਕਾਲਾ ਲਾਉਂਦੇ ਸੀ ਲਾਉਂਦੇ ਮਾੜਾ ਜਿਹਾ ਨਾ ਹਾਂ ਉਹ ਡੰਡਾ ਡੰਡਾ ਹੀ ਲੱਗਿਆ ਸੀਗਾ ਮਾੜਾ ਜਿਹਾ ਪਿੱਠ ਤੇ ਢਿੱਡ ਤੇ ਜਾਂ ਚਰੀ ਦੀ ਮਾੜੀ ਹੁੰਦੀ ਹੈ ਨਾ ਕੌਡੇ ਤੇ ਹਾਂ ਉਹ ਰੰਗ ਹੀ ਲਾਉਂਦੇ ਕਾਲਾ ਤੇ ਲਾਲ ਹੀ ਬਸ ਫਿਰ ਆਪਾਂ ਕਲਪ ਹੀ ਲਾਉਣਾ ਕਲਪਾਂ ਤੁਹਾਡੇ ਕੂਤਰ ਦੇ ਕਲਪ ਹੈ ਹੋਰ ਰੰਗ ਹੀ ਹਾਂਜੀ ਹਾਂਜੀ ਕੱਲ ਫੇਰ ਭਾਈ ਅਸੀਂ ਉਹ ਕਬੂਤਰ ਭਲੇਰੀਆਂ ਵੀ ਛੱਡਿਆ ਸੀਗਾ ਭਲੇਰੀਆਂ ਵੀ ਉਹਨੇ ਦਿਨ ਚ ਪਾਇਆ ਫੇਰ ਤੀਜੀ ਬਾਜੀ
ਨਵਣੇ ਦਾ ਹਾਂ ਨਵਣੇ ਦੇ ਪਿੰਡ ਸ਼ੇਰ ਸਿੰਘ ਵਾਲੇ ਉੱਥੇ ਉਹ ਗਵਾਚ ਗਿਆ ਸੀ ਹਰ ਗਿਆ ਸੀ ਮੁੱਢ ਮੁੜਦਾ ਮਿੱਢ ਵੀ ਆਪਣਾ ਮੁੱਢ ਮੁੜਦਾ ਕੋਰਾ ਦਾ ਮੇਰਾ ਫਲਾਨੇ ਨਾਲ ਮੁੜਦਾ ਨੀ ਛੱਡਦੇ ਹੀ ਨੀ ਯਾਰ ਕਰਾਉਂਦੇ ਹੀ ਹੈ ਉਹ ਪਿੰਡ ਵਾਲੇ ਕਾਕਾ ਕਾਕਾ ਸੀਗਾ ਬਜ਼ੁਰਗ ਤੇ ਉਹ ਆਹਦਾ ਵੀ ਅਸੀਂ ਇੰਨਾ ਖਰਚਾ ਕਰੀ ਜਿਹੜੀਆਂ ਸਬਜ਼ੀਆਂ ਦੇ ਬੁੜੀਆਂ ਤੰਦੂਰ ਵਾਲੀਆਂ ਸਾਰਾ ਕਰ ਤੂੰ ਛੱਡੋ ਹਾਂਜੀ ਫਿਰ ਮੇਰੇ ਮੂੰਹ ਚੋ ਨਿਕਲ ਗਈ ਮੈਂ ਕਿਸੇ ਆਪਣੀ ਕਿੰਨੀ ਲਿਆ ਜਾਂ ਕਿਸੇ ਦਾ ਮੁੱਢ ਮੁੜਦਾ ਪਰ ਅੱਜ ਆਪਾਂ ਕਿਸੇ ਦਾ ਮੁੱਢ ਨੀ ਮੋੜਨਾ ਜੀ ਕਰਦਾ ਕੱਚੀ ਕਰੋ ਨੀ ਨਾ ਕਰੋ ਜੀ ਅਰੇ ਠੀਕ ਹੈ ਉਦੋਂ ਮੇਰੀ ਬਾਹ ਟੁੱਟੀ ਸੀ ਪਲਸਤਰ ਜਿਹਾ ਹੋਇਆ ਸੀਗਾ ਅੱਛਾ ਜੀ ਕਬੂਤਰ ਵੀ ਬਹੁਤ ਘੱਟ ਉੱਡਦਾ ਸੀ ਬੰਦਰ ਕੋਲ ਅਖੀਰ ਜੀ ਉਹ ਦੋ ਰਹਿ ਗਏ ਮਿੰਟ ਦਾ ਮੇਰਾ ਹੀ ਜੀ ਮੇਰੇ ਗੁਰੂ ਦਾ ਹੀ ਰਹਿ ਗਿਆ ਮੇਰੇ ਕਹਿੰਦੇ ਆਇਆ ਕੱਚੀ ਕਰਨ ਨੂੰ ਉਹਦਾ ਮੇਰੇ ਆਪਣੇ ਨੀ ਗਿਆ ਪਹਿਲਾਂ ਬਹਿ ਗਿਆ ਜੀ ਫਿਰ ਮੈਂ ਕੱਲਾ ਹੀ ਜਿੱਤ ਗਿਆ ਫਿਰ ਉਹਦਾ ਮੈਂ ਆਖਿਆ ਸੀ ਕਿਸੇ ਦਾ ਨੀ ਮੁੱਢ ਮਾਂਡ ਮੋੜਨਾ ਜੀ ਮੈਂ ਕਿਵੇਂ ਪਰ ਮੈਂ ਉਹ ਮਿੰਟ ਦਾ ਮੁੱਢ ਮੁੜਿਆ ਸੀ ਠੀਕ ਹੋਰ ਨੀ ਕਿਸੇ ਨਾਲ ਲਿਆਜ ਮੰਨੀ ਜੀ ਬਿੱਟੂ ਸੀ ਸਾਰੇ ਆਪ ਕੋਰੇ ਰੀ ਨਹੀਂ ਮੋੜੇ ਮੁੱਢ ਜੀ ਕੱਲੇ ਮਿੰਟ ਦਾ ਮੁੱਢ ਮੁੜਿਆ ਜੀ ਮੈਂ ਪੀਟੀ ਵਾਲੇ ਪਿੰਡ ਠੀਕ ਹੈ ਕੱਲਾ ਹੀ ਮੁੱਢ ਜਿੱਤ ਗਿਆ ਜੀ ਠੀਕ ਹੈ ਜੀ ਗਰਮੀ ਬਾਈ ਨਾ ਮੈਂ ਨਾ ਕੀ ਪੁੱਛਦਾ ਛਾਵੇਂ ਬੈਠੇ ਮੁੜਕੋ ਮੁੜਕੀ ਰੂੜ ਵਜਦੇ ਨੂੰ ਦੋ ਰਹਿ ਗਏ ਲੜਵਾਲਾ ਮੇਰਾ ਮੈਨੂੰ ਆਦੇ ਬਾਈ ਪਾ ਲਈਏ ਮੇਰਾ ਵੀ ਹਿੱਸੇ ਚ ਆਇਆ ਸੀ ਕਬੂਤਰ ਉਹ ਤੁਹਾਡਾ ਚੱਕਿਆ ਸੀ ਕਬੂਤਰ ਜਿਹਦੇ ਨਾਲ ਤੁਹਾਡਾ ਪੇਚਾ ਪੈ ਗਿਆ ਸੀ ਕੜਾਈ ਵਾਲਿਆਂ ਦਾ ਕਬੂਤਰ ਸੀ ਹਨਾ ਉਹੋ ਕਬੂਤਰ ਮੈਂ ਥੋੜੇ 13-8 ਉਹਨਾਂ ਦੇ ਕਬੂਤਰ ਬਈ ਡਿੱਗਦੇ ਹੀ ਮਰ ਗਏ ਉਹਨੇ ਫਿਰ ਦਿਨ ਛਪਾਇਆ ਕਬੂਤਰੀ ਨੇ ਤੇ ਮੈਂ ਕੀ ਫਿਰ ਮੈਂ ਕਿਉਂ ਵੰਡਿਆ ਨਿੰਮ ਚ ਬਹਿੰਦੀ ਸੀ ਜ਼ੋਰ ਲੱਗਾ ਮੱਝਾ ਆਪ ਪਰ ਵਾਈ ਜਾ ਹੁਣ ਵਾਕੇ ਬਹੁਤ ਉੱਡਦੀ ਸੀ ਉਹ ਕਬੂਤਰ ਸੱਤਿਆਂ ਨੇ ਬਾਜੀ ਜੂ ਧਾੜ ਜੀ ਪੈ ਗਈ ਮੈਂ ਕੱਲ ਮੁਰਾ ਲਾ ਕੇ ਦੂਜੀ ਲੈ ਜਾ ਇਹਦੇ ਨਾ ਛੱਡ ਅੱਛਾ ਇਹਨੂੰ ਵੀ ਲੈ ਜਾ ਨਾਲ ਹੀ ਦੂਜੀ ਦੇ ਜੀ ਫਿਰ ਹੋਰ ਕੰਮ ਸੇੜੂ ਮੈਂ ਚੰਗਾ ਉਹ ਮੇਰੀ 6 ਵਜੇ ਹਟ ਗਈ ਪੂਰੀ ਪੱਚੀ ਬਾਹਲੀ ਚੰਗੀ ਸੀ ਚਾਰ ਰਹਿ ਗਏ ਗਾਮੀ